ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਅੱਜ ਅਸੀਂ ਸਮਾਈਲਸ ਕੇਅਰ ਆਪਣੀ ਸੰਸਥਾ ਦੇ ਕੈਂਪਸ ਦੇ ਵਿੱਚ ਹਾਂ ਅਤੇ ਅੱਜ ਅਸੀਂ ਇੱਕ ਬੱਚੇ ਦਾ ਸਹਿਜ ਜੋ ਕਿ US ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਅੱਜ ਬਰਥਡੇ ਅਸੀਂ ਇੱਥੇ ਮਨਾ ਰਹੇ ਹਾਂ ਅਤੇ ਲਾਸਟ ਈਅਰ ਵੀ ਸਹਿਜ ਦਾ ਬਰਥਡੇ ਜਿਹੜਾ ਅਸੀਂ ਪਿੰਗਲਵਾੜਾ ਅੰਮ੍ਰਿਤਸਰ ਦੇ ਵਿੱਚ ਅਸੀਂ ਸਹਿਜ ਦਾ ਬਰਥਡੇ ਜਿਹੜਾ ਮਨਾਇਆ ਸੀ। ਅਤੇ ਰਜਿੰਦਰ ਕੌਰ ਗਰੇਵਾਲ ਜੀ, ਰਾਜਵਿੰਦਰ ਕੌਰ ਗਰੇਵਾਲ ਜੀ ਅਤੇ ਹਰਜੀਵਨ ਸਿੰਘ ਗਰੇਵਾਲ ਜੀ, ਜਿਨ੍ਹਾਂ ਨੇ ਲਾਸਟ ਈਅਰ ਆਪਣੇ ਬੇਟੇ ਦਾ ਬਰਥਡੇ ਸਾਡੀ ਟੀਮ ਦੁਆਰਾ ਜਿਹੜਾ ਪਿੰਗਲਵਾੜੇ ਅੰਮ੍ਰਿਤਸਰ ਦੇ ਵਿੱਚ ਅਸੀਂ ਮਨਾਇਆ ਸੀ ਅਤੇ ਇਸ ਵਾਰ ਫਿਰ ਉਹਨਾਂ ਨੇ US ਤੋਂ ਸਾਡੀ ਜ਼ਿੰਮੇਦਾਰੀ ਲਈ ਹੈ ਕਿ ਸਹਿਜ ਦਾ, ਉਹਨਾਂ ਦੇ ਬੇਟੇ ਦਾ ਬਰਥਡੇ ਜਿਹੜਾ ਵਾ ਉਹ ਅਸੀਂ ਇੱਥੇ ਸੈਲੀਬ੍ਰੇਟ ਕਰੀਏ। ਸੋ ਇਸ ਸਾਲ ਅਸੀਂ ਸਹਿਜ ਲਈ ਆਪਣਾ ਜਿਹੜਾ ਸਮਾਈਲਸ ਕੇਅਰ ਦਾ ਕੈਂਪਸ ਚੁਣਿਆ ਉਹਦਾ ਬਰਥਡੇ ਮਨਾਉਣ ਵਾਸਤੇ। ਅਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਸੰਸਥਾ ਨੂੰ ਚੂਜ਼ ਕਰਦੇ ਹੋ ਆਪਣੇ ਬੱਚਿਆਂ ਦਾ ਬਰਥਡੇ ਜਾਂ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨ ਲਈ। ਅਤੇ ਸਾਨੂੰ ਵੀ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜਾ ਵਾ ਆਪਣੀ ਪੂਰੀ ਦਿਲੋਂ ਜਿਹੜਾ ਬਰਥਡੇ ਸੈਲੀਬ੍ਰੇਟ ਕਰੀਏ, ਵਾਕਈ ਕਿਸੇ ਨੀਡੀ ਦੀ ਜਿਹੜੀ ਹੈਲਪ ਕਰੀਏ। ਬੱਚੇ ਜਿਨ੍ਹਾਂ ਕੋਲ ਸਲੰਮ ਏਰੀਆ ਦੇ ਵਿੱਚ ਜਾਂ ਜਿਨ੍ਹਾਂ ਕੋਲ ਪਿੰਡਾਂ ਦੇ ਵਿੱਚ ਕੋਈ ਸਾਧਨ ਨਹੀਂ ਹੈ ਐਂਟਰਟੇਨਮੈਂਟ ਦਾ, ਉਹਨਾਂ ਨੂੰ ਖੁਸ਼ ਕਰੀਏ, ਉਹਨਾਂ ਲਈ ਯੂਨੋ ਉਹਨਾਂ ਨੂੰ ਸਮਾਈਲਸ ਜਿਹੜੀਆਂ ਅਸੀਂ ਉਹਨਾਂ ਵਾਸਤੇ ਜਿਹੜੀਆਂ ਇਕੱਠੀ ਕਰਨ ਦੀ ਕੋਸ਼ਿਸ਼ ਕਰੀਏ, ਉਹਨਾਂ ਦੀਆਂ ਬਲੈਸਿੰਗਸ ਜਿਹੜੀਆਂ ਵਾ ਤੁਹਾਡੇ ਤੱਕ ਪਹੁੰਚਾਈਏ, ਇਹ ਸਾਡੀ ਕੋਸ਼ਿਸ਼ ਆ। ਅਤੇ ਬਹੁਤ ਹੀ ਮੈਨੂੰ ਖੁਸ਼ੀ ਆ ਕਿ ਸਾਡੇ ਜਿਹੜੇ ਇੱਥੇ ਔਰਗਨਾਈਜ਼ਰ ਨੇ, ਮੇਨ ਸਾਡੀ ਟੀਮ ਜਿਹੜੀ ਆ, ਜਿੱਦਾਂ ਗੁਰਲੀਨ ਸਾਡੀ ਟੀਮ ਦੇ ਵਿੱਚ ਨੇ, ਉਹਨਾਂ ਨੇ ਬਹੁਤ ਹੀ ਅੱਛਾ ਜਿਹੜਾ ਅੱਜ ਦਾ ਈਵੈਂਟ ਜਿਹੜਾ ਔਰਗਨਾਈਜ਼ ਕੀਤਾ। ਅਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਚੂਜ਼ ਕਰਦੇ ਹੋ। ਸੋ ਅੱਜ ਅਸੀਂ ਆਪਣੇ ਸਮਾਈਲਸ ਕੇਅਰ NGO ਦੇ ਵਿੱਚ, ਆਪਣੇ ਕੈਂਪਸ ਦੇ ਵਿੱਚ, ਅੱਜ ਅਸੀਂ ਬਾਹਰੋਂ ਲਾਈਕ ਸਲੰਮ ਏਰੀਆ ਤੋਂ ਬੱਚੇ ਅਸੀਂ ਇੱਥੇ ਲੈ ਕੇ ਆਏ ਹਾਂ। ਝੁੱਗੀ ਚੌਂਪੜੀਆਂ ਵਾਲੇ ਬੱਚੇ ਜਿਹੜੇ ਆ ਆਪਣੀ NGO ਦੇ ਵਿੱਚ ਅਸੀਂ ਉਹਨਾਂ ਨੂੰ ਬੁਲਾਇਆ ਹੈ ਅੱਜ। ਸੋ ਆਲਮੋਸਟ 15 ਬੱਚੇ ਨੇ ਜਿਹੜੇ ਕਿ ਬਾਹਰੋਂ ਅੱਜ ਅਸੀਂ ਬੁਲਾਏ ਨੇ, ਅਤੇ ਕੁਛ ਬੱਚੇ ਨੇ ਜੋ ਸਾਡੀ smiles.care ਸੰਸਥਾ ਦੇ ਈਵਨਿੰਗ ਸਕੂਲ ਦੇ ਬੱਚੇ ਨੇ। ਸੋ ਆਪਣੇ ਬੱਚਿਆਂ ਦੇ ਨਾਲ ਜਿਹੜਾ ਵਾ ਉਹ ਅਸੀਂ ਅੱਜ ਸਹਿਜ ਦਾ ਜਿਹੜਾ ਬਰਥਡੇ ਅਸੀਂ ਮਨਾਵਾਂਗੇ, ਤੁਹਾਡੇ ਨਾਲ ਮਨਾਵਾਂਗੇ ਅਤੇ ਨਾਲ ਇਹਨਾਂ ਦੇ ਬੱਚਿਆਂ ਨਾਲ ਮਨਾਵਾਂਗੇ। ਅਸੀਂ ਪੂਰਾ ਮਿਲ ਕੇ ਜਿਹੜਾ ਅਸੀਂ ਅੱਜ ਦਾ ਈਵੈਂਟ ਜਿਹੜਾ ਇੰਜੋਏ ਕਰਾਂਗੇ, ਬਿਕੋਜ਼ ਹੁਣ ਟੈਕਨੀਕਲ ਜ਼ਮਾਨਾ ਆ ਗਿਆ, ਅਸੀਂ ਰਿਕਾਰਡ ਕਰਕੇ ਰੱਖ ਸਕਦੇ ਹਾਂ, ਅਸੀਂ ਵੀਡੀਓ ਰਿਕਾਰਡ ਕਰਕੇ ਰੱਖ ਸਕਦੇ ਹਾਂ। ਅਤੇ ਬੱਚਾ ਵੀ ਜਿਹੜਾ ਵਾ ਉਹਦੀ ਥਿੰਕਿੰਗ ਜਿਹੜੀ ਆ ਕਿੰਨੀ ਚੇਂਜ ਹੋਏਗੀ, ਉਹਦੀ ਥਿੰਕਿੰਗ ਕਿੰਨੀ ਡਿਫਰੈਂਟ ਹੋਏਗੀ ਜਦੋਂ ਉਹ ਦੇਖੇਗਾ ਕਿ ਹਰ ਸਾਲ ਉਹਦੇ ਪੇਰੈਂਟਸ ਜਿਹੜੇ ਆ ਇਸ ਤਰੀਕੇ ਨਾਲ ਉਹਦਾ ਬਰਥਡੇ ਜਿਹੜਾ ਮਨਾਉਂਦੇ ਰਹੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਵਾ ਉਹਦਾ ਰਿਕਾਰਡ ਆਪਣੇ ਕੋਲ ਰੱਖਣਗੇ, ਅਤੇ ਬਾਅਦ 'ਚ ਬੱਚਾ ਜਦੋਂ ਵੱਡਾ ਹੋ ਕੇ ਵੇਖੇਗਾ ਤਾਂ ਬਹੁਤ ਹੀ ਅੱਛਾ ਜਿਹੜਾ ਇਹ ਸਟੈਪ ਆ ਕਿ ਤੁਸੀਂ ਆਪਣਾ ਉੱਦਾਂ ਜੋ ਵੀ ਤੁਸੀਂ ਆਪਣਾ ਈਵੈਂਟ ਕਰ ਰਹੇ ਹੋ, ਆਪਣਾ ਬਰਥਡੇ ਮਨਾ ਰਹੇ ਹੋ, ਉਹਦੇ ਨਾਲ ਥੋੜ੍ਹਾ ਜਿਹਾ ਬਜਟ ਤੁਸੀਂ ਸਾਈਡ 'ਤੇ ਕੱਢ ਕੇ ਜਿਹੜਾ ਵਾ ਤੁਸੀਂ ਇਸ ਤਰ੍ਹਾਂ ਦਾ ਇੱਕ ਸੋਸ਼ਲ ਈਵੈਂਟ ਤੁਸੀਂ ਕਰ ਸਕਦੇ ਹੋ, ਜਿਹਦੇ ਨਾਲ ਕਿ ਬਹੁਤ ਹੀ ਅੱਛਾ, ਖਾਸ ਕਰਕੇ ਮੈਨੂੰ ਲੱਗਦਾ ਕਿ ਜਿਸ ਬੱਚੇ ਦਾ ਬਰਥਡੇ ਆ ਅਤੇ ਜਿਹਨੇ ਬਾਅਦ ਵਿੱਚੋਂ ਇਹ ਚੀਜ਼ਾਂ ਦੇਖਣੀਆਂ ਨੇ, ਉਹਦੇ 'ਤੇ ਬੜਾ ਅੱਛਾ ਇੰਪ੍ਰੈਸ਼ਨ ਪੈਂਦਾ ਹੈ। ਅਸੀਂ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣ ਵਿੱਚ ਜਿਹੜੀ ਆ ਮਦਦ ਕਰ ਰਹੇ ਹੁੰਦੇ ਹਾਂ। ਸੋ ਪੇਰੈਂਟਸ ਦੇ ਐਸੇ ਇਨੀਸ਼ੀਏਟਿਵ ਦੀ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਇਹੋ ਜਿਹੇ ਇਨੀਸ਼ੀਏਟਿਵ ਜਿਹੜੇ ਤੁਸੀਂ ਲੈਂਦੇ ਹੋ। ਸੋ ਸਭ ਤੋਂ ਪਹਿਲਾਂ ਮੈਨੂੰ ਇਹ ਮੈਂ ਪੁੱਛਣਾ ਭੁੱਲ ਗਈ ਹਾਂ ਕਿ ਕਾਰਟੂਨ ਕਰੈਕਟਰ ਜਿਹੜਾ ਉਹਨਾਂ ਦਾ ਫੇਵਰੇਟ ਆ ਉਹਦਾ ਨਾਮ ਕੀ ਆ? ਸੋ ਉਹਨਾਂ ਦਾ ਨਾਮ POCOYO ਕਰਕੇ ਉਹਨਾਂ ਨੇ ਭੇਜਿਆ। ਸੋ ਮੇਰੇ ਖਿਆਲ 'ਚ ਕਿ ਅਮੈਰੀਕਨ ਕਾਰਟੂਨ ਕਰੈਕਟਰ ਹੈ ਪੋਕੋਯੋ। ਸੋ ਉਹਨਾਂ ਦਾ ਫੇਵਰੇਟ ਕਰੈਕਟਰ ਹੈ ਉਹ। ਅਸੀਂ ਅੱਜ ਦਾ ਥੀਮ ਰੱਖਿਆ ਆਪਣੇ ਬਰਥਡੇ ਈਵੈਂਟ ਦਾ ਆਪਣੇ NGO ਦੇ ਵਿੱਚ। ਅਤੇ ਮੈਂ ਇੱਥੇ ਆ ਕੇ ਵੇਖਿਆ ਆਉਂਦੇ ਹੀ, ਬਿਕੋਜ਼ ਅੱਜ ਮੈਂ ਖਡੂਰ ਸਾਹਿਬ ਵਿਖੇ ਗਈ ਹੋਈ ਸੀ, ਉੱਥੇ ਇੱਕ ਈਵੈਂਟ ਸੀ ਅੱਜ। ਅਤੇ ਵਾਪਸ ਜਦੋਂ ਮੈਂ ਆਈ ਮੈਂ ਦੇਖਿਆ ਕਿ ਸਾਰਾ ਈਵੈਂਟ ਆਲਰੇਡੀ ਵੈੱਲ ਔਰਗਨਾਈਜ਼ਡ ਆ, ਈਵੈਂਟ ਪੂਰਾ ਤਿਆਰ ਆ, ਬਸ ਮੇਰੀ ਵੇਟ ਹੋ ਰਹੀ ਆ। ਅਤੇ ਮੈਂ ਦੇਖਿਆ ਕਿ ਬਾਹਰੋਂ ਜਿਹੜੇ ਬੱਚੇ ਉਹ ਆਏ ਹੋਏ ਨੇ। ਸੋ ਆਲਮੋਸਟ 6 ਬੱਚੇ ਸੀ ਜਿਹੜੇ ਕਿ ਬਾਹਰੋਂ ਸਲੰਮ ਏਰੀਆ ਦੇ ਵਿੱਚੋਂ ਜਿੰਨੇ ਵੀ ਬੱਚੇ ਆਏ ਸੀ ਉਹਦੇ ਵਿੱਚੋਂ 6 ਬੱਚੇ ਨੇ ਜਿਹੜੇ ਨੰਗੇ ਪੈਰੀਂ ਆਏ ਨੇ ਇੱਥੇ, ਜਿਨ੍ਹਾਂ ਨੇ ਸ਼ੂਜ਼ ਨਹੀਂ ਪਾਏ। ਸੋ ਈਵਨ ਈਵੈਂਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਪਹਿਲਾਂ ਸ਼ੂਜ਼ ਦੇਣਾ ਚਾਹੁੰਦੀ ਹਾਂ, ਆਪਣੇ ਵੱਲੋਂ ਜਿਹੜੇ ਆ ਉਹ ਬੱਚਿਆਂ ਨੂੰ ਪਹਿਲਾਂ ਸ਼ੂਜ਼ ਦੇਣਾ ਚਾਹੁੰਦੀ। ਸੋ ਉਸ ਤੋਂ ਬਾਅਦ ਅਸੀਂ ਜਿਹੜਾ ਈਵੈਂਟ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਅਸੀਂ ਜਿਹੜਾ ਕੇਕ ਕੱਟਾਂਗੇ ਸਹਿਜ ਲਈ।
ਤੇ ਉਸ ਤੋਂ ਬਾਅਦ ਬੱਚਿਆਂ ਨੂੰ ਬੱਚਿਆਂ ਵਾਸਤੇ ਸਪੈਸ਼ਲ ਗਿਫਟ ਲਿਆਂਦੇ ਗਏ ਨੇ ਤੁਹਾਡੇ ਸਾਹਮਣੇ ਲਾਈਵ ਵੀਡੀਓ 'ਚ ਅਸੀਂ ਓਪਨ ਕਰਾਂਗੇ ਉਹਨਾਂ ਨੂੰ ਉਹ ਗਿਫਟ ਜਿਹੜੇ ਦੇਵਾਂਗੇ ਉਹਨਾਂ ਦੇ ਯੂਜ਼ ਦੇ ਜਿਹੜੇ ਆ ਗਿਫਟ ਆ ਬੱਚਿਆਂ ਲਈ ਜਿਹੜੇ ਸਪੈਸ਼ਲ ਜਿਹੜਾ ਸਨੈਕਸ ਅਸੀਂ ਅੱਜ ਪ੍ਰੋਵਾਈਡ ਕੀਤੇ ਨੇ ਸੋ ਬੱਚੇ ਜਿਹੜੇ ਸਨੈਕਸ ਲੈਣਗੇ ਅਤੇ ਬੱਚਿਆਂ ਨੂੰ ਮਿਊਜ਼ਿਕ ਦਾ ਥੋੜ੍ਹਾ ਪ੍ਰਬੰਧ ਕੀਤਾ ਕਿ ਬੱਚੇ ਥੋੜ੍ਹਾ ਜਿਹਾ ਇੰਜੋਏ ਜਿਹੜਾ ਅੱਜ ਇੱਥੇ ਕਰਕੇ ਜਾਣ ਜਿਹੜੇ ਕਿ ਵੈਸੇ ਝੁੱਗੀਆਂ ਝੌਂਪੜੀਆਂ 'ਚ ਹੀ ਬੈਠੇ ਰਹਿੰਦੇ ਨੇ ਜਾਂ ਕੁਛ ਬੱਚੇ ਨੇ ਜਿਹੜੇ ਸਾਡੇ ਐਨ ਜੀ ਓ ਦੇ ਬੱਚੇ ਨੇ ਸੋ ਉਹਨਾਂ ਲਈ ਵੀ ਇਹ ਇੱਕ ਖਾਸ ਦਿਨ ਆ ਇੱਕ ਖਾਸ ਈਵੈਂਟ ਆ ਅਤੇ ਸਹਿਜ ਦੇ ਪੇਰੈਂਟਸ ਜੋ ਕਿ ਰਾਜਵਿੰਦਰ ਕੌਰ ਜੀ ਅਤੇ ਹਰਜੀਵਨ ਸਿੰਘ ਗਰੇਵਾਲ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਥੈਂਕਸ ਕਿ ਤੁਸੀਂ ਇੰਨੀਆਂ ਸਾਰੀਆਂ ਸਮਾਈਲਸ ਜਿਹੜੀਆਂ ਸਾਡੀ ਝੋਲੀ ਪਾਈਆਂ ਨੇ ਅਤੇ ਸਾਡੀ ਵੀ ਕੋਸ਼ਿਸ਼ ਹੈ ਕਿ ਸਾਰੀਆਂ ਬਲੈਸਿੰਗਸ ਜਿਹੜੀਆਂ ਵਾ ਉਹ ਤੁਹਾਡੇ ਤੱਕ ਪਹੁੰਚਣ ਅਤੇ ਤੁਸੀਂ ਹਮੇਸ਼ਾ ਜਿਹੜੇ ਇੰਨੇ ਅੱਛੇ ਕਾਰਜ ਜਿਹੜੇ ਕਰਦੇ ਰਹੋ ਸੋ ਅੱਜ ਦਾ ਅਸੀਂ ਇੱਕ ਥੀਮ ਰੈਡੀ ਕੀਤਾ ਹੈ ਜੋ ਵੀ ਬਜਟ ਸਾਨੂੰ ਫੈਮਲੀ ਨੇ ਪ੍ਰੋਵਾਈਡ ਕੀਤਾ ਅਸੀਂ ਉਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਇੱਕ ਬੱਚੇ ਦੇ ਨਾਲ ਰਿਲੇਟਿਡ ਜਿਵੇਂ ਕਿ ਬੱਚਾ ਇਹੀ ਕਾਰਟੂਨ ਕਰੈਕਟਰ ਲਾਈਕ ਕਰਦਾ ਅਤੇ ਅਸੀਂ ਉਹਦਾ ਦਾ ਥੀਮ ਜਿਹੜਾ ਉਹ ਰੈਡੀ ਕੀਤਾ ਤਾਂ ਕਿ ਜਦੋਂ ਵੀਡੀਓ ਵੇਖੀ ਉਹਦਾ ਇੰਟਰਸਟ ਜਾਗੇ ਤਾਂ ਕਿ ਜਦੋਂ ਬਾਅਦ ਵਿੱਚ ਆਪਣੀ ਹਮੇਸ਼ਾ ਵੇਖੀ ਆਪਣੀ ਈਵੈਂਟ ਦੀ ਵੀਡੀਓ ਦੇਖੀ ਅਤੇ ਉਹਨੂੰ ਇੱਕ ਕੈਚੀ ਲੱਗੇ ਕਿ ਹਾਂ ਇਹਦੇ ਵਿੱਚ ਮੇਰੇ ਵਾਲਾ ਕਾਰਟੂਨ ਆ ਜਾਂ ਉਹ ਛੋਟਾ ਬੱਚਾ ਸੋ ਅਸੀਂ ਵੀ ਉਹਨੂੰ ਉਹਦੇ ਹਿਸਾਬ ਨਾਲ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਈਵੈਂਟ ਦੇ ਵਿੱਚ ਕਿ ਉਹ ਜਿਹੜਾ ਵਾ ਸੋਸ਼ਲ ਪਰਸਪੈਕਟਿਵ ਨੂੰ ਵੀ ਸਮਝੇ ਅਤੇ ਆਪਣਾ ਜੋ ਡੇਲੀ ਲਾਈਫ ਅਮੈਰੀਕਾ ਦੇ ਵਿੱਚ ਬਿਤਾ ਰਿਹਾ ਹੈ ਉਹ ਵੀ ਉਹ ਜਿਹੜੀ ਆ ਉਹ ਮਿਸ ਨਾ ਕਰੇ ਸੋ ਇਹ ਜਿਹੜਾ ਪੂਰਾ ਆਰਟਵਰਕ ਆ ਮੈਂ ਹੁਣੇ ਪੋਸਟਰ ਦਿਖਾਇਆ ਇਹ ਸਾਡੀ ਟੀਮ ਦੇ ਮੈਂਬਰ ਦਿਲਸ਼ੇਰ ਉਹਨਾਂ ਨੇ ਇਹ ਬਣਾਇਆ ਬਹੁਤ ਹੀ ਖੂਬਸੂਰਤ ਅਤੇ ਮੈਨ ਆਈ ਵਿਸ਼ ਕਿ ਸਾਰਿਆਂ ਨੂੰ ਇਹ ਪਸੰਦ ਆਏਗਾ ਮੇਰੇ ਕੋਲ ਇੱਥੇ 6 ਬੱਚੇ ਜਿਹੜੇ ਆ ਉਹ ਬੈਠੇ ਨੇ ਕਿਉਂਕਿ ਅੱਜ ਅਸੀਂ ਸਲੰਮ ਏਰੀਆ ਅਤੇ ਆਪਣੇ ਐਨ ਜੀ ਓ ਦੇ ਬੱਚਿਆਂ ਨੂੰ ਜਿਹੜਾ ਇਸ ਈਵੈਂਟ ਵਿੱਚ ਅਸੀਂ ਬੁਲਾਇਆ ਸੋ ਈਵੈਂਟ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਵਾ ਜਿਹੜੇ ਬੱਚੇ ਜਿਨ੍ਹਾਂ ਨੇ ਸ਼ੂਜ਼ ਨਹੀਂ ਪਾਏ ਉਹਨਾਂ ਨੂੰ ਅਸੀਂ ਅੱਜ ਪਹਿਲਾਂ ਸ਼ੂਜ਼ ਪਾਵਾਂਗੇ 6 ਬੱਚੇ ਨੇ ਜਿਹੜੇ ਕਿ ਬਿਨਾਂ ਸ਼ੂਜ਼ ਤੋਂ ਆਏ ਨੇ ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸ਼ੂਜ਼ ਪਾਵਾਂਗੇ ਫਿਰ ਅਸੀਂ ਕੇਕ ਕਟਿੰਗ ਸੈਰੇਮਨੀ ਕਰਾਂਗੇ ਫਿਰ ਅਸੀਂ ਬੱਚਿਆਂ ਨੂੰ ਗਿਫਟਸ ਦੇਵਾਂਗੇ ਜਿਹੜੇ ਕਿ ਸਹਿਜ ਦੇ ਪੇਰੈਂਟਸ ਦੇ ਦੁਆਰਾ ਜਿਹੜੇ ਕਿ ਉਹਨਾਂ ਨੂੰ ਦਿੱਤੇ ਜਾਣਗੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਆ ਅਤੇ ਉਸ ਤੋਂ ਬਾਅਦ ਬੱਚੇ ਜਿਹੜੇ ਥੋੜ੍ਹਾ ਮਿਊਜ਼ਿਕ ਇੰਜੋਏ ਕਰਨਗੇ ਅਤੇ ਬਹੁਤ ਮੈਨੂੰ ਤੁਹਾਡਾ ਸਾਥ ਨਾਲ ਰਹੇਗਾ ਅਤੇ ਬਹੁਤ ਅੱਛਾ ਲੱਗੇਗਾ ਤੁਸੀਂ ਈਵੈਂਟ ਦੇ ਨਾਲ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਰਹੋ ਨੰਗੇ ਪੈਰੀ ਨਹੀਂ ਦੇਖਣਾ ਆਪਕੋ ਠੀਕ ਹੈ ਮੈਂ ਉਹਨੂੰ Thank you.
ਨੰਗੇ ਪੈਰੀ ਨਹੀਂ ਹੁੰਦਾ ਉੱਤੇ, ਠੀਕ ਹੈ? ਇੱਕ ਬੱਚਾ ਇੱਥੇ ਹੈਗਾ, ਟੋਟਲ 6 ਬੱਚੇ ਸੀ। ਸੋ ਰਘਵਿੰਦਰ ਸਰ ਦਾ ਵੀ ਬਹੁਤ ਬਹੁਤ ਸ਼ੁਕਰੀਆ, ਸਾਡੇ ਵਾਲੰਟੀਅਰ ਨੇ ਸਰ ਇੱਥੇ ਪ੍ਰੈਜੈਂਟ ਨੇ ਅੱਜ, ਉਹਨਾਂ ਨੇ ਵੀ ਸ਼ੂਜ਼ ਪਵਾਏ ਨੇ। ਸੋ ਇੱਕ ਬੱਚਾ ਇੱਥੇ ਜਿਹਦੇ ਪੈਰ 'ਤੇ ਸੱਟ ਲੱਗੀ ਹੋਈ ਹੈ, ਅਤੇ ਉਹਨੂੰ ਅਸੀਂ ਸ਼ੂਜ਼ ਜਿਹੜੇ ਆ ਨਹੀਂ ਪਵਾਏ। ਸੋ ਇਹ ਇਸ ਚੀਜ਼ ਦਾ ਜਵਾਬ ਦੇ ਰਿਹਾ ਹੈ ਕਿ ਸ਼ੂਜ਼ ਕਿਉਂ ਜ਼ਰੂਰੀ ਨੇ। नाम क्या आपका? राहुल। राहुल है इसका नाम? अच्छा, ठीक है। सो एक बच्चा है जिदे की शूज बिल्कुल शूज कह रही है पैर ते जड़ी ओदे सट लगी है, एंड ही रियली नीड्स शूज। सो बहुत सारे बच्चे ने इदां दे जिन्हां दे पैर ते जड़ी ओ सट लग जांदी है, सिर्फ इसे कारण कि उन्हां कोल प्रॉपर जड़ा फुटवेयर जड़ा ओ नहीं हैगा। सो बहुत बहुत शुक्रिया गुरलीन दा, ਉਹਨੇ ਸਾਰਾ ਅੱਜ ਦਾ ਇਵੈਂਟ ਜਿਹੜਾ ਉਹ ਆਰਗਨਾਈਜ਼ ਕੀਤਾ ਹੈ। ਮੈਂ ਥੋੜ੍ਹੀ ਜਿਹੀ ਪ੍ਰੈਜੈਂਟੇਸ਼ਨ ਦਿਖਾਉਣਾ ਚਾਹੁੰਦੀ। ਸੋ ਇਹ
ਸਾਰੇ ਬੱਚਿਆਂ ਦੇ ਗਿਫਟਸ ਨੇ ਜਿਹੜੇ ਬੱਚੇ ਅੱਜ ਬਾਹਰੋਂ ਸਲੰਮ ਏਰੀਆ ਤੋਂ ਸਾਡੇ ਕੋਲ ਆਏ ਨੇ ਉਹਨਾਂ ਵਾਸਤੇ ਅਸੀਂ ਗਿਫਟ ਖਰੀਦੇ ਨੇ ਅਤੇ ਇਹ ਗਿਫਟ ਅਸੀਂ ਹੁਣੇ ਓਪਨ ਕਰਾਂਗੇ ਕੇਕ ਕੱਟਣ ਤੋਂ ਬਾਅਦ ਉਹਨਾਂ ਲਈ ਸਨੈਕਸ ਨੇ ਸੋ ਬਿਲਕੁਲ ਮੈਨੂੰ ਪਤਾ ਹੈ ਕਿ ਫਰੂਟਸ ਅਸੀਂ ਕਰ ਸਕਦੇ ਸੀ ਜਾਂ ਅਸੀਂ ਹੈਲਦੀ ਚੀਜ਼ ਨੂੰ ਜਿਹੜਾ ਅਸੀਂ ਫਸਟ ਪ੍ਰੈਫਰੈਂਸ ਸਾਨੂੰ ਦੇਣੀ ਚਾਹੀਦੀ ਆ ਬਟ ਜਿਵੇਂ ਗੁਰਲੀਨ ਨੇ ਅੱਜ ਦਾ ਇਹ ਈਵੈਂਟ ਔਰਗਨਾਈਜ਼ ਕੀਤਾ ਉਹਨੇ ਬਹੁਤ ਹੀ ਅੱਛਾ ਕੀਤਾ ਉਹਨੇ ਸਪੈਸ਼ਲ ਅੰਮ੍ਰਿਤਸਰ ਤੋਂ ਜਿਹੜੇ ਆ ਸਾਡੇ ਤੋਂ ਅੰਮ੍ਰਿਤਸਰ ਅਰਾਊਂਡ 30 ਕਿਲੋਮੀਟਰਸ ਆ ਸਾਡੇ ਪਿੰਡ ਤੋਂ ਅਤੇ ਉਹਨੇ ਸਪੈਸ਼ਲ ਅੰਮ੍ਰਿਤਸਰ ਤੋਂ ਜਿਹੜਾ ਵਾ ਇਹ ਉਹਨੇ ਬਰਗਰ ਬੱਚਿਆਂ ਲਈ ਅੱਜ ਮੰਗਵਾਏ ਆ ਬਿਕੋਜ਼ ਸਾਡੀ ਟੀਮ ਦਾ ਇਹ ਮੰਨਣਾ ਹੈ ਕਿ ਇਹ ਚੀਜ਼ ਉਹ ਬਿਲਕੁਲ ਵੀ ਨਹੀਂ ਕਦੀ ਖਾਂਦੇ ਸੋ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਬੈਸਟ ਜਗ੍ਹਾ ਤੋਂ ਜਿਹੜੀ ਇਹ ਚੀਜ਼ ਉਹ ਮੰਗਵਾਵੇ ਸੋ ਇਹ ਸਹਿਜ ਦਾ ਫੇਵਰੇਟ ਕਾਰਟੂਨ ਕਰੈਕਟਰ ਹੈ ਇਹ ਮਿਲਕ ਦੀਆਂ ਬੋਟਲਸ ਨੇ ਬੱਚਿਆਂ ਦੇ ਵਾਸਤੇ ਸਾਡੀ ਸਾਡੇ ਐਨ ਜੀ ਓ ਦੇ ਵੀ ਬੱਚੇ ਅੱਜ ਇੱਥੇ ਮੌਜੂਦ ਨੇ ਪਰ ਅਸੀਂ ਫਸਟ ਪ੍ਰੈਫਰੈਂਸ ਜਿਹੜੀ ਆ ਆਪਣੇ ਜਿਹੜੇ ਬਾਹਰੋਂ ਬੱਚੇ ਆਏ ਨੇ ਸਲੰਮ ਏਰੀਆ ਤੋਂ ਅਸੀਂ ਸਪੈਸ਼ਲੀ ਇੱਥੇ ਅੱਜ ਅਰੇਂਜ ਕੀਤਾ ਉਹਨਾਂ ਨੂੰ ਸਪੈਸ਼ਲ ਉਹਨਾਂ ਨੂੰ ਬੁਲਾਇਆ ਅੱਜ ਉਹਨਾਂ ਨੂੰ ਸਾਡੀ ਫਸਟ ਪ੍ਰੈਫਰੈਂਸ ਆ ਸੋ ਉਹਨਾਂ ਦੇ ਨਾਲ ਅਸੀਂ ਸਹਿਜ ਦਾ ਜਿਹੜਾ ਉਹ ਕੇਕ ਕੱਟਾਂਗੇ ਬਹੁਤ ਹੀ ਸੁੰਦਰ ਕੇਕ ਆ ਉਹਦਾ ਫੇਵਰੇਟ ਕਰੈਕਟਰ ਹੈ ਪਕੋਇਓ ਸੋ ਪਕੋਇਓ ਵਾਲਾ ਹੀ ਆਪਾਂ ਕੇਕ ਬਣਵਾਇਆ ਸੋ ਕੇਕ ਐਂਡ ਫਰੂਟ ਟਾਰਟਸ ਇਹ ਅਸੀਂ ਸਪੈਸ਼ਲ ਸਨੈਕਸ ਜਿਹੜੇ ਆ ਸਾਡੇ ਵੱਲੋਂ ਅੱਜ ਅਰੇਂਜ ਕੀਤੇ ਗਏ ਨੇ ਸੋ ਬੜੀ ਥੈਂਕਫੁਲ ਹਾਂ ਗਰੋਵਰ ਬੇਕਰਸ ਅੰਮ੍ਰਿਤਸਰ ਦੀ ਜਿਨ੍ਹਾਂ ਨੂੰ ਜਿੱਦਾਂ ਦਾ ਕੇਕ ਕਹੋ ਉੱਦਾਂ ਦਾ ਸਾਨੂੰ ਪ੍ਰੋਵਾਈਡ ਕਰ ਦਿੰਦੇ ਨੇ ਈਵਨ ਸਾਡਾ ਜਿੱਦਾਂ ਅਮੈਰੀਕਨ ਕਰੈਕਟਰ ਵਾਲੇ ਕੇਕ ਦੀ ਫਰਮਾਇਸ਼ ਆਉਂਦੀ ਆ ਅਤੇ ਗਰੋਵਰ ਬੇਕਰਸ ਅੰਮ੍ਰਿਤਸਰ ਤੋਂ ਉਹੀ ਸਾਨੂੰ ਜਿਹੜੇ ਬੜੇ ਹੀ ਜੈਨੂਇਨ ਪ੍ਰਾਈਸ 'ਤੇ ਉਹ ਸਾਨੂੰ ਜਿਹੜਾ ਵਾ ਐਨ ਜੀ ਓ ਨੂੰ ਸਾਡੀ ਸਰਵ ਕਰਦੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਆਪਣਾ ਜੋ ਵੀ ਤੁਸੀਂ ਕਾਰਜ ਕਰਦੇ ਹੋ ਉੱਦਾਂ ਹੀ ਤੁਸੀਂ ਸਾਨੂੰ ਜਿਹੜਾ ਯੋਗਦਾਨ ਦਿੰਦੇ ਹੋ ਸੋ ਗਰੋਵਰ ਬੇਕਰਸ ਅੰਮ੍ਰਿਤਸਰ ਦੀ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਿਹੜਾ ਜਿੱਦਾਂ ਦਾ ਵੀ ਸਾਡੀ ਰਿਕੁਆਇਰਮੈਂਟ ਆ ਉੱਦਾਂ ਦਾ ਹੀ ਸਾਨੂੰ ਜਿਹੜਾ ਕੇਕ ਇੱਥੇ ਭੇਜ ਦਿੰਦੇ ਹੋ ਸੋ ਮੇਰੇ ਬੱਚੇ ਬਿਲਕੁਲ ਰੈਡੀ ਨੇ ਕੇਕ ਵੱਲ ਉਹ ਵੇਖ ਰਹੇ ਨੇ ਸੋ ਮੈਂ ਚਾਹੁੰਦੀ ਹਾਂ ਕਿ ਅਸੀਂ ਫਟਾਫਟ ਕੇਕ ਕੱਟੀਏ ਐਂਡ ਦੈਨ ਦੇ ਸ਼ੁੱਡ ਹੈਵ ਸਨੈਕਸ ਅਤੇ ਉਸ ਤੋਂ ਬਾਅਦ ਪਹਿਲਾਂ ਉਹ ਖਾ ਲੈਣ ਨਹੀਂ ਤਾਂ ਫਿਰ ਉਹਨਾਂ ਨੂੰ ਲੱਗੇਗਾ ਕਿ ਹਾਂ ਕੱਟਿਆ ਤਾਂ ਪਰ ਖਾਧਾ ਨਹੀਂ ਸੋ ਆਪਣੇ ਸਨੈਕਸ ਨੂੰ ਉਹ ਇੰਜੋਏ ਕਰ ਲੈਣ ਹਾਫ ਆਫ ਦਾ ਸਨੈਕਸ ਆਪਣੇ ਫਰੂਟ ਟਾਰਟਸ ਅਤੇ ਕੇਕ ਉਹ ਖਾ ਲੈਣ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਨਾਲ ਨਾਲ ਇਹਨਾਂ ਨੂੰ ਗਿਫਟਸ ਦੇਵਾਂਗੇ ਸੋ ਗਿਫਟਸ ਵੀ ਸਰਪ੍ਰਾਈਜ਼ ਆ ਸਾਰਿਆਂ ਵਾਸਤੇ ਸਰਪ੍ਰਾਈਜ਼ ਆ ਗਿਫਟ ਕਿ ਇਹਦੇ ਵਿੱਚ ਅਸੀਂ ਕੀ ਗਿਫਟ ਜਿਹੜੇ ਆ ਸਲੰਮ ਏਰੀਆ ਦੇ ਬੱਚਿਆਂ ਲਈ ਅਸੀਂ ਅੱਜ ਲਏ ਨੇ ਜਿਹੜੇ ਕਿ ਉਹਨਾਂ ਦੇ ਕੰਮ ਆ ਸਕਦੇ ਨੇ ਸੋ ਤੁਸੀਂ ਸਾਡੀ ਖੁਸ਼ੀ ਦੇ ਵਿੱਚ ਸਾਡੇ ਨਾਲ ਹੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਦੱਸੋ ਸਾਡੀ ਪੂਰੀ ਟੀਮ ਵੱਲੋਂ ਸਾਰੇ ਬੱਚਿਆਂ ਵੱਲੋਂ ਹੈਪੀ ਬਰਥਡੇ ਸਹਿਜ ਯੂ ਹੈਵ ਗੋਟ ਵੰਡਰਫੁੱਲ ਪੇਰੈਂਟਸ ਕਿ ਜਿਨ੍ਹਾਂ ਨੇ ਐਨ ਜੀ ਓਜ਼ ਜਿਹੜੇ ਕਿ ਚੂਜ਼ ਕਰਦੇ ਨੇ ਆਪਣੇ ਬੱਚਿਆਂ ਦਾ ਬਰਥਡੇ ਮਨਾਉਣ ਲਈ ਉਹ ਵੀ ਇੰਨੀ ਦੂਰੋਂ ਅਤੇ ਪੰਜਾਬ ਦੇ ਪੂਰੇ ਟੱਚ ਵਿੱਚ ਨੇ ਦੇ ਅੰਡਰਸਟੈਂਡ ਕਿ ਇੱਥੇ ਕਿੰਨੀ ਜ਼ਿਆਦਾ ਸਾਨੂੰ ਜ਼ਰੂਰਤ ਸੋ ਹੁਣ ਅਸੀਂ ਕੇਕ ਕੱਟਾਂਗੇ ਇੱਥੇ
लग जाए आए तो कयामत आए तू जी हजारों साल ये मरी है ठीक है।
ਠੰਡ ਆ ਤੇ ਇਸ ਬੱਚੇ ਨੇ ਦੇਖੋ ਕਿ
ਲੈਸ ਆਪਣਾ ਪਤਲਾ ਜਿਹਾ ਇੱਕ ਉੱਪਰ ਟੌਪ ਪਾਇਆ ਉਹਨੇ ਬਸ ਕਿ ਕਿੰਨੀ ਜ਼ਿਆਦਾ ਲੋੜ ਆ ਅਤੇ ਰਾਜਵਿੰਦਰ ਕੌਰ ਜੀ ਅਤੇ ਹਰਜੀਵਨ ਜੀ ਤੁਹਾਨੂੰ ਬਹੁਤ ਸਾਰੀਆਂ ਬਲੈਸਿੰਗਸ ਜਿਹੜੀਆਂ ਅੱਜ ਲੱਗਣਗੀਆਂ ਇਹਨਾਂ ਬੱਚਿਆਂ ਵੱਲੋਂ ਕਿ ਤੁਸੀਂ ਜਿਹੜਾ ਸਾਡਾ ਅੱਜ ਦਾ ਇਹ ਕੈਂਪੇਨ ਤੁਸੀਂ ਅੱਜ ਦਾ ਸਾਡਾ ਈਵੈਂਟ ਜਿਹੜਾ ਸਪੋਂਸਰ ਕੀਤਾ ਜਿਹਦੇ ਵਿੱਚ ਅਸੀਂ ਸਹਿਜ ਦਾ ਜਿਹੜਾ ਬਰਥਡੇ ਮਨਾਇਆ ਮੈਨੂੰ ਆਪ ਬੜੀ ਸੈਟਿਸਫੈਕਸ਼ਨ ਹੋ ਰਹੀ ਹੈ ਮੈਨੂੰ ਲੱਗਦਾ ਕਿ ਅਸੀਂ ਬਹੁਤ ਹੀ ਅੱਛਾ ਅੱਜ ਇਹ ਕੀਤਾ ਮੈਂ ਆਪਣੀ ਟੀਮ ਨੂੰ ਪੂਰਾ ਪ੍ਰੇਜ਼ ਦੇਣਾ ਚਾਹੁੰਦੀ ਉਹਨਾਂ ਦੀ ਜਿਨ੍ਹਾਂ ਨੇ ਮੇਰੀ ਐਬਸੈਂਸ ਦੇ ਵਿੱਚ ਇੰਨਾ ਅੱਛਾ ਈਵੈਂਟ ਕੀਤਾ ਅਤੇ ਬਾਹਰੋਂ ਸਲੰਮ ਏਰੀਆ ਦੇ ਵਿੱਚੋਂ ਬੱਚਿਆਂ ਨੂੰ ਜਿਹੜਾ ਅੱਜ ਬੁਲਾਇਆ ਹੈ ਕਿ ਜਿਨ੍ਹਾਂ ਨੂੰ ਵਾਕਈ ਬੜੀ ਨੀਡ ਆ ਜਿਹੜੇ ਅੱਖਾਂ ਦੇ ਸਾਹਮਣੇ ਅਸੀਂ ਦੇਖ ਪਾ ਰਹੇ ਹਾਂ ਕਿ ਬੱਚੇ ਜਿਹੜੇ ਆ ਬਿਲਕੁਲ ਆਪਣੇ ਬਿਲਕੁਲ ਅੱਧ ਪਚੱਦੇ ਕੱਪੜਿਆਂ ਦੇ ਵਿੱਚ ਜਿਹੜੀ ਹੈ ਭਰ ਠੰਡ ਵਿੱਚ ਉਦੋਂ ਘੁੰਮ ਰਹੇ ਜਦੋਂ ਅਸੀਂ ਸ਼ੂਜ਼ ਪਾਏ ਨੇ ਅਸੀਂ ਕੋਟੀਆਂ ਪਾਈਆਂ ਅਸੀਂ ਸਵੈਟਰ ਪਾਏ ਨੇ ਅਸੀਂ ਜਦੋਂ ਜੈਕਟਾਂ ਪਾਈਆਂ ਨੇ ਅਤੇ ਉਹਨਾਂ ਦੇ ਪੇਰੈਂਟਸ ਸਾਨੂੰ ਰਿਕੁਐਸਟ ਕਰ ਰਹੇ ਆ ਕਿ ਸਾਡੇ ਬੱਚੇ ਨੂੰ ਠੰਡ ਲੱਗ ਰਹੀ ਹੈ ਅਤੇ ਤੁਸੀਂ ਇਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਜਿਹੜਾ ਦਿਓ ਸੋ ਬਹੁਤ ਹੀ ਪਿਆਰੀਆਂ ਬਹੁਤ ਅੱਛੀਆਂ ਜੈਕਟਸ ਜਿਹੜੀਆਂ ਅਸੀਂ ਇਹਨਾਂ ਲਈ ਬਾਏ ਕੀਤੀਆਂ ਨੇ ਅਤੇ ਇਹਨਾਂ ਨੂੰ ਅਸੀਂ ਅੱਜ ਦੇ ਰਹੇ ਹਾਂ ਅਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਅਤੇ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ ਇਸ ਗੱਲ ਦੀ ਵੀ ਬਹੁਤ ਬਹੁਤ ਸ਼ੁਕਰੀਆ ਬਿਕੋਜ਼ ਤੁਹਾਡਾ ਸਾਡੇ ਨਾਲ ਜੁੜਨ ਨਾਲ ਹੀ ਸਾਨੂੰ ਜਿਹੜੀ ਇਨਕਰੇਜਮੈਂਟ ਮਿਲਦੀ ਆ ਪੂਰਾ ਦਿਨ ਆਪਣਾ ਵੱਖ ਵੱਖ ਈਵੈਂਟ ਕਰਨ ਤੋਂ ਬਾਅਦ ਆਪਣਾ ਕੰਮ ਕਰਨ ਤੋਂ ਬਾਅਦ ਆਪਣਾ ਬਿਜ਼ਨਸ ਦੇਖਣ ਤੋਂ ਬਾਅਦ ਤੁਹਾਡੇ ਕਰਕੇ ਸਿਰਫ ਇੱਕ ਸੋਸ਼ਲ ਮੀਡੀਆ ਫੈਮਿਲੀ ਕਰਕੇ ਅਸੀਂ ਜਿਹੜੇ ਹਮੇਸ਼ਾ ਇਨਕਰੇਜ ਰਹਿੰਦੇ ਹਾਂ ਕਿ ਸਾਨੂੰ ਹਮੇਸ਼ਾ ਪੋਜ਼ਿਟਿਵਿਟੀ ਜਿਹੜੀ ਹੈ ਤੁਹਾਡੇ ਤੋਂ ਮਿਲਦੀ ਆ ਆਪਣੇ ਡੋਨਰਸ ਤੋਂ ਮਿਲਦੀ ਆ ਆਪਣੇ ਸਾਰੇ ਸੋਸ਼ਲ ਮੀਡੀਆ ਵਾਲੰਟੀਅਰਸ ਤੋਂ ਸਾਨੂੰ ਮਿਲਦੀ ਆ
that guy who's singing. Mama thandiya chama hundiya oye sara alam babal hundiya paper vaiya oye rab yaad na mapya varge duniya te koi hor na rishte na te o tin rang ਚੜੀ ਜਵਾਨੀ ਤੇ ਚੰਨ ਚੜਿਆ ਓਏ ਕਦੇ ਨਾ ਗੁੱਜੇ ਰਹਿੰਦੇ ਹੁਸਨ ਹੱਟਾ ਤੇ ਮੁੱਲ ਨਾ ਮਿਲਦੇ ਦੁਨੀਆ ਵਾਲੇ ਕਹਿੰਦੇ ਚੜੀ ਜਵਾਨੀ ਤੇ ਚੰਨ ਚੜਿਆ ਓਏ ਕਦੇ ਨਾ ਗੁੱਜੇ ਹੁਸਨ ਹੱਟਾ ਤੇ ਸਦਾ ਨਾ ਮੈਂ ਕੋਈ ਸੁੱਖਾ ਦੀ
ਸੂਟਾਂ ਦੀ ਅੱਜ ਕੁੜੀਆਂ ਹੱਥਾਂ ਤੇ ਜਾਂਦਾ ਹੈ ਜੇ ਰੂ ਬਦਲ ਤੇਰਾ ਕਾਲਾ ਹੁੰਦਿਆ ਭਾਵੇਂ ਚੰਨ ਦਾ ਸਮੱਖਾ ਤੇਰਾ ਹੁੰਦਿਆ
ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੀ ਆਡੀਅੰਸ ਸਾਡੇ ਨਾਲ ਜੁੜੀ ਹੈ ਤੇ ਸਾਡੇ ਸਾਰੇ ਬੱਚੇ ਸਾਡੇ ਆਲੇ ਦੁਆਲੇ ਹੈਗੇ ਨੇ, ਇਹ ਸਾਨੂੰ ਦੱਸਣਗੇ ਕਿ ਕਿੰਨਾ ਮਜ਼ਾ ਆਇਆ। ਦੱਸੋ ਬਈ, ਹੁਣ ਸਾਰੇ ਦੱਸੋ, ਬੋਲੋ ਹੈਪੀ ਬਰਥਡੇ ਸਹਿਜ। ਪੂਰਾ ਸੌਂਗ ਗਾ ਦੋ, ਹੈਪੀ ਬੱਚੇ ਜੋ ਕਿ ਮਿਊਜ਼ਿਕ ਤੇ ਬਹੁਤ ਦੂਰ ਦੀ ਗੱਲ ਹੈ ਕਿ ਆਪਣੇ ਘਰਾਂ ਦੇ ਵਿੱਚ ਮਿਊਜ਼ਿਕ ਸੁਣਦੇ ਹੋਣਗੇ, ਜਾਂ ਇਹ ਬੱਚੇ ਜਿਹੜੇ ਆ ਕੇਕ ਖਾਂਦੇ ਹੋਣਗੇ। ਕੇਕ ਤੇ ਸਾਨੂੰ ਨਹੀਂ ਮਿਲਦਾ ਸਾਡੇ ਪਿੰਡ ਦੇ ਵਿੱਚ, ਸਾਨੂੰ ਵੀ ਅੰਮ੍ਰਿਤਸਰੋਂ ਮੰਗਾਉਣਾ ਪੈਂਦਾ। ਸੋ ਜਾਂ ਇਹ ਕੋਈ ਜਿੱਦਾਂ ਕਿ ਸਾਰੀਆਂ ਚੀਜ਼ਾਂ ਹੀ ਅਸੀਂ ਫਰੂਟ ਟਾਰਟ ਅੱਜ ਅਸੀਂ ਮੰਗਾਏ, ਸੋ ਸਾਰਾ ਕੁਛ ਸਪੈਸ਼ਲ ਕੀਤਾ ਤੇ ਬਹੁਤ ਬਹੁਤ ਜ਼ਿਆਦਾ ਮੈਨੂੰ ਅੱਜ ਖੁਸ਼ੀ ਹੋਈ ਹੈ ਕਿਉਂਕਿ ਬੱਚੇ ਬੜੇ ਖੁਸ਼ ਨੇ ਤੇ ਪਲੱਸ ਅਸੀਂ ਜਿਹੜੇ ਲੋੜਵੰਦ ਬੱਚੇ ਸੀ ਜਿਹੜੇ ਨੰਗੇ ਪੈਰੀ ਸਾਡੇ ਸਮਾਈਲਸ ਕੇਅਰ ਵਿੱਚ ਅੱਜ ਆਏ ਸੀ ਬਰਥਡੇ ਸੈਲੀਬ੍ਰੇਟ ਕਰਨ, ਉਹਨਾਂ ਨੂੰ ਵੀ ਅਸੀਂ ਅੱਜ ਸ਼ੂਜ਼ ਦੇ ਸਕੇ ਹਾਂ। ਬਹੁਤ ਹੀ ਅੱਛਾ ਇਨੀਸ਼ੀਏਟਿਵ ਆ ਹਰਜੀਵਨ ਜੀ ਅਤੇ ਰਾਜਵਿੰਦਰ ਜੀ, ਗੋਡ ਬਲੈਸ ਯੂ ਆਲ। ਬਹੁਤ ਜ਼ਿਆਦਾ ਅੱਛਾ ਈਵੈਂਟ ਹੈ ਕਿ ਤੁਸੀਂ US ਦੇ ਵਿੱਚ ਬਹਿ ਕੇ ਜਿਹੜਾ ਵਾ ਆਪਣੇ ਬੱਚੇ ਦੀ ਹਰ ਸਾਲ ਨੂੰ ਇੰਨਾ ਯਾਦਗਾਰ ਬਣਾ ਰਹੇ ਹੋ। ਲਾਸਟ ਟਾਈਮ ਵੀ ਜਦੋਂ ਅਸੀਂ ਪਿੰਗਲਵਾੜਾ ਗਏ ਸੀ, ਅਸੀਂ ਭਗਤ ਪੂਰਨ ਜੀ ਦੇ ਪਿੰਗਲਵਾੜਾ ਲਾਸਟ ਈਅਰ ਬਰਥਡੇ ਮਨਾਇਆ ਸੀ ਸਹਿਜ ਦਾ, ਬਹੁਤ ਜ਼ਿਆਦਾ ਮੇਰੀਆਂ ਯਾਦਾਂ ਉਸ ਈਵੈਂਟ ਨਾਲ ਜੁੜ ਗਈਆਂ ਸੀ। ਮੈਂ ਹਮੇਸ਼ਾ ਹੀ ਫੇਸਬੁੱਕ 'ਤੇ ਪਿੰਗਲਵਾੜੇ ਦੇ ਬੱਚਿਆਂ ਨਾਲ ਜਦੋਂ ਅਸੀਂ ਡਾਂਸ ਕੀਤਾ ਜਾਂ ਉਹਨਾਂ ਦੇ ਨਾਲ ਅਸੀਂ ਖੁਸ਼ੀਆਂ ਮਨਾਈਆਂ, ਅਤੇ ਮੈਂ ਉਹ ਆਪਣੀਆਂ ਫੋਟੋਆਂ ਪੁਰਾਣੀਆਂ ਜਿਹੜੀਆਂ ਹਮੇਸ਼ਾ ਫੇਸਬੁੱਕ 'ਤੇ ਬਾਰ ਬਾਰ ਸ਼ੇਅਰ ਕਰਦੀ ਰਹਿੰਦੀ ਹੁੰਦੀ, ਕਿਉਂਕਿ ਉਹ ਮੇਰੇ ਪਲ ਹੀ ਬੜੇ ਯਾਦਗਾਰ ਨੇ। ਕਿਉਂਕਿ ਇਹ ਆਮ ਜਿੱਦਾਂ ਅਸੀਂ ਆਪਣੇ ਘਰਾਂ 'ਚ ਰਹਿੰਦੇ ਉੱਦਾਂ ਨਹੀਂ ਰਹਿੰਦੇ ਬੱਚੇ, ਜਾਂ ਪਿੰਗਲਵਾੜੇ ਵਾਲੇ ਵੀ ਜਿਹੜੇ ਬੱਚੇ ਸੀ ਉਹ ਵੀ ਆਮ ਨਹੀਂ ਆ। ਇਹ ਬੜੇ ਖਾਸ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਪੈਂਦਾ ਹੈ, ਇਹਨਾਂ ਲਈ ਸਾਨੂੰ ਖਾਸ ਪ੍ਰਬੰਧ ਕਰਨ ਦੀ ਲੋੜ ਆ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦੀ ਕਿ ਜੇ ਤੁਸੀਂ ਅੱਜ ਖੁਦ ਵੀ ਬਰਥਡੇ ਸੈਲੀਬ੍ਰੇਟ ਕਰਨ ਲਈ ਇੱਥੇ ਸਾਡੇ ਨਾਲ ਮੌਜੂਦ ਹੁੰਦੇ, ਅਸੀਂ ਤਾਂ ਵੀ ਇੱਦਾਂ ਹੀ ਈਵੈਂਟ ਕਰਦੇ ਜਿੱਦਾਂ ਅਸੀਂ ਅੱਜ ਕੀਤਾ, ਨਾ ਇਸ ਤੋਂ ਉੱਪਰ ਨਾ ਇਸ ਤੋਂ ਥੱਲੇ। ਬਿਕੋਜ਼ ਅਸੀਂ ਇਹੀ ਮੰਨ ਕੇ ਅੱਜ ਚੱਲੇ ਹਾਂ ਕਿ ਤੁਸੀਂ ਸਾਡੇ ਨਾਲ ਮੌਜੂਦ ਹੋ, ਅਤੇ ਅਸੀਂ ਉਸੇ ਤਰ੍ਹਾਂ ਹੀ ਇਸ ਈਵੈਂਟ ਨੂੰ ਅੱਜ ਮਨਾਇਆ। ਬਹੁਤ ਜ਼ਿਆਦਾ ਮੈਨੂੰ ਐਨਰਜੀ ਮਿਲੀ ਹੈ, ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋ ਰਹੀ ਹੈ, ਬੱਚਿਆਂ ਨੂੰ ਵੇਖ ਵੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਅਤੇ ਇੰਨੇ ਜਾਣੇ ਸਾਡੇ ਨਾਲ ਜੁੜੇ ਨੇ, ਤਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਸਾਡਾ ਇੰਨਾ ਸਾਥ ਦੇ ਰਹੇ ਹੋ। ਅਤੇ ਮੈਂ ਤੁਸੀਂ ਆਪਣੇ ਬੱਚੇ ਦਾ ਬਰਥਡੇ ਕਦੀ ਸਾਡੀ ਸੰਸਥਾ ਦੇ ਵਿੱਚ ਮਨਾਉਣਾ ਹੋਵੇ ਜਾਂ ਤੁਸੀਂ ਕਿਸੇ ਵੀ ਸੰਸਥਾ ਨੂੰ ਚੂਜ਼ ਕਰ ਸਕਦੇ ਹੋ, ਜ਼ਰੂਰ ਕਿਸੇ ਨਾ ਕਿਸੇ NGO ਵਿੱਚ ਜਾ ਕੇ ਤੁਸੀਂ ਜਿਹੜਾ ਆਪਣਾ ਬਰਥਡੇ ਮਨਾਓ ਜਾਂ ਤੁਸੀਂ ਐਨੀਵਰਸਰੀ ਮਨਾਓ। ਭਾਵੇਂ ਤੁਸੀਂ ਜਿਵੇਂ ਨੋਰਮਲ ਸੈਲੀਬ੍ਰੇਟ ਕਰਦੇ ਹੋ ਉੱਦਾਂ ਤੁਸੀਂ ਜ਼ਰੂਰ ਕਰੋ, ਪਰ 1-2 ਘੰਟੇ ਜ਼ਰੂਰ ਕੱਢੋ ਕਿ ਦੂਸਰੀ ਕਿਸੇ ਜਗ੍ਹਾ 'ਤੇ ਜਾ ਕੇ ਅਸੀਂ ਜਿਹੜੇ ਨੀਡੀ ਆ ਜਾਂ ਲੋੜਵੰਦ ਆ ਉਹਨਾਂ ਨੂੰ ਵੀ ਅਸੀਂ ਖੁਸ਼ ਕਰੀਏ, ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਕਿ ਮਿਊਜ਼ਿਕ 'ਤੇ ਉਹ ਡਾਂਸ ਕਰਨਗੇ ਜਾਂ ਸੋਚਿਆ ਹੀ ਨਹੀਂ ਅਸੀਂ ਅੱਜ ਕੇਕ ਖਾਵਾਂਗੇ, ਉਹਨਾਂ ਲਈ ਆਪਾਂ ਕੁਛ ਕਰੀਏ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ। ਮਨਦੀਪ ਕੌਰ ਸਿੱਧੂ।